ਤੁਸੀਂ ਕੱਪੜੇ ਬਣਾ ਰਹੇ ਹੋ ਕਾਨਾ ਜੀ ਦੇ ਗੋਪਾਲ ਜੀ ਦੇ ਕਿੰਨੇ ਟਾਈਮ ਤੋਂ ਜਿਹੜੇ ਕੱਪੜੇ ਬਣਾ ਰਹੇ ਹੋ 2 ਸਾਲ ਤੋਂ 2 ਸਾਲ ਅੱਛਾ ਕਿਹੜੇ ਕਿਹੜੇ ਕੱਪੜੇ ਬਣਾਉਂਦੇ ਹੋ ਕਿੰਨੇ ਸਾਈਜ਼ ਤੋਂ ਲੈ ਕੇ ਕਿੰਨੇ ਤੱਕ 0 ਤੋਂ ਲੈ ਕੇ 4 ਨੰਬਰ ਤੱਕ 4 ਨੰਬਰ ਤੋਂ ਲੈ ਕੇ 8 ਨੰਬਰ ਤੱਕ ਅੱਛਾ ਇਹਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਹੈ ਇਹ ਕਿੰਨੇ ਤਿਆਰ ਕੀਤੀ ਹੈ ਮੈਂ ਆਪ ਹੀ ਕਰਦੀ ਸਰ ਆਪ ਹੀ ਕੀਤਾ ਹੈ ਸਰ ਮੈਂ ਬਚਪਨ ਤੋਂ ਕਰੋਸ਼ੀਆ ਦਾ ਕੰਮ ਬਹੁਤ ਕੀਤਾ ਅੱਛਾ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਮਤਲਬ ਕਿ ਇਹੀ ਕੰਮ ਕਰਦੇ ਨੇ ਹੁਣ ਮੈਨੂੰ 2 ਸਾਲ ਹੋ ਗਏ ਲੱਡੂ ਗੋਪਾਲ ਦੇ ਕੱਪੜੇ ਬਣਾਉਂਦੇ ਆ ਅੱਛਾ ਕਿਉਂ ਮੇਰੀ ਨੌ ਲੈ ਕੇ ਸੀ ਲੱਡੂ ਗੋਪਾਲ ਮੈਂ ਉਹ ਤੋਂ ਵੇਖ ਕੇ ਸਿੱਖ ਗਈ ਸਾਰਾ ਮੈਨੂੰ ਆਉਂਦਾ ਵੇਲੇ ਬੈਣ ਨੂੰ ਮੇਰਾ ਦਿਲ ਹੀ ਨਹੀਂ ਕਰਦਾ ਭਾਵੇਂ ਕਿੰਨੀ ਤਕਲੀਫ ਹੋਵੇ ਮੈਂ ਵੇਲੇ ਨਹੀਂ ਬੈਠ ਸਕਦਾ ਅੱਜ ਵੀ ਹੱਥ ਨਹੀਂ ਰਹਿੰਦੇ ਵੇਲੇ ਅੱਛਾ ਵੇਲੇ ਨਹੀਂ ਰਹਿੰਦੇ ਹੱਥ ਬੇਬੇ ਇਸ ਤੋਂ ਇਲਾਵਾ ਹੋਰ ਕੀ ਕੀ ਕਰ ਲੈਂਦੇ ਮੈਂ ਕਢਾਈਆਂ ਸਾਰੀਆਂ ਕਰ ਲੈਂਦੀ ਆ ਸਾਰੀਆਂ ਕਢਾਈਆਂ ਜੇ ਛਿੰਦੀ ਤੋਂ ਲੈ ਕੇ ਫੁੱਲ ਕਢਾਈ ਪੱਥਰ ਛਿੜੇ ਸਾਰੀਆਂ ਕਰਦੀ ਨੇ ਕਢਾਈਆਂ ਆ ਕਰੋਸ਼ੀਆ ਦਾ ਛੱਡੋ ਕੰਮ ਕਰੋਸ਼ੀਆ ਤਾਂ ਮੈਂ ਜਿੱਦਾਂ ਦਾ ਵੀ ਕੋਈ ਮੈਨੂੰ ਦਿਖਾਵੇ ਉੱਦਾਂ ਦਾ ਕਰਦੀ ਅੱਛਾ ਕਲਰ ਕੰਬੀਨੇਸ਼ਨ ਬੜਾ ਸੋਹਣਾ ਕੀਤਾ ਹੋਇਆ ਪਿੰਕ ਦੇ ਦਾ ਸਕਾਈ ਬਲੂ ਦਾ ਇਹ ਕਿਦਰਾ ਕੀਤਾ ਮਤਲਬ ਕਿਵੇਂ ਕੀਤਾ ਦਿਮਾਗ ਮੈਂ ਛੋਟੀ ਹੁੰਦੀ ਇਹੀ ਕੰਮ ਚ ਬਹੁਤ ਰਿਝੇਵਾਂ ਸੀ ਮੇਰਾ ਛੋਟੀ ਹੁੰਦੀ ਦਾ ਮੇਰਾ ਨਾ ਇਹ ਮੇਰੀਆਂ ਸਹੇਲੀਆਂ ਵੀ ਮੇਰੇ ਕੋਲ ਹੀ ਮਤਲਬ ਸਿੱਖ ਕੇ ਜਾਂਦੀਆਂ ਸੀ ਇਹੀ ਰਿਝੇਵਾਂ ਮੇਰਾ ਸੀ ਬਹੁਤ ਛੋਟੀ ਹੁੰਦੀ ਦਾ ਅੱਛਾ ਬਸ ਇਹੀ ਕਲਾਕਾਰੀ ਮੇਰੇ ਕੋਲ ਬਹੁਤ ਵਧੀਆ ਵਾ ਸਤਿ ਸ਼੍ਰੀ ਅਕਾਲ ਦਦ ਸਿਟੀ ਹੈਡਲਾਈਨਸ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਦਰਸ਼ਨ ਕੌਰ ਬੇਬੇ ਜੀ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਲੱਡੂ ਗੋਪਾਲ ਦੇ ਕੱਪੜੇ ਬਣਾਏ ਜਾਂਦੇ ਨੇ ਤੇ ਬੇਬੇ ਆਪਣੇ ਹੱਥ ਨਾਲ ਤਿਆਰ ਕਰਦੀ ਹੈ ਇਸ ਉਮਰ ਦੇ ਵਿੱਚ ਵੀ ਜਿਹੜੇ ਬੇਬੇ ਆ ਕੰਮ ਕਰਦੀ ਹੈ ਤੇ ਬੇਬੇ ਨਾਲ ਸਾਰੀ ਗੱਲ ਕਰਾਂਗੇ ਜਾਣਾਂਗੇ ਕਿ ਕਿੰਨੇ ਦੇ ਟਾਈਮ ਦੇ ਵਿੱਚ ਜਿਹੜੇ ਕੱਪੜੇ ਤਿਆਰ ਹੋ ਜਾਂਦੇ ਨੇ ਕਿੰਨੇ ਕੁ ਊਨ ਜਿਹੜੇ ਇਹਦੇ ਵਿੱਚ ਲੱਗ ਜਾਂਦੀ ਹੈ ਤੇ ਹੁਣ ਜਿਹੜੀਆਂ ਸਰਦੀਆਂ ਜਾ ਰਹੀਆਂ ਨੇ ਤੇ ਗਰਮੀਆਂ ਦੇ ਵਿੱਚ ਕੀ ਕੰਮ ਕਰੋਗੇ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਬੇਬੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਬੇਬੇ ਇਹ ਪਹਿਲ ਤੇ ਇਹ ਦੱਸੋ ਤੁਸੀਂ ਕੱਪੜੇ ਬਣਾ ਰਹੇ ਹੋ ਕਾਨਾ ਜੀ ਦੇ ਗੋਪਾਲ ਜੀ ਦੇ ਕਿੰਨੇ ਟਾਈਮ ਤੋਂ ਜਿਹੜੇ ਕੱਪੜੇ ਬਣਾ ਰਹੇ ਹੋ 2 ਸਾਲ ਤੋਂ 2 ਸਾਲ ਅੱਛਾ ਕਿਹੜੇ ਕਿਹੜੇ ਕੱਪੜੇ ਬਣਾਉਂਦੇ ਹੋ ਕਿੰਨੇ ਸਾਈਜ਼ ਤੋਂ ਲੈ ਕੇ ਕਿੰਨੇ ਤੱਕ 0 ਤੋਂ ਲੈ ਕੇ 4 ਨੰਬਰ ਤੱਕ ਹਾਂ 4 ਨੰਬਰ ਤੋਂ ਲੈ ਕੇ 8 ਨੰਬਰ ਤੱਕ ਦਿਖਾਇਓ ਇੱਕ ਵਾਰੀ ਕਿਹੜੇ ਕਿਹੜੇ ਤੁਸੀਂ ਬਣਾਏ ਹੋਏ ਆ ਆ ਦੇਖੋ ਕੀ ਬਾਤ ਇਹ ਕਿੰਨੇ ਨੰਬਰ ਇਹ ਨੰਬਰ ਨੂੰ ਹੀ ਆਜੂ 7 ਨੰਬਰ ਨੂੰ ਹੀ ਆਜੂ ਅੱਛਾ ਇਹ ਕੀ ਇਹ ਟੋਪੀ ਹੈ ਇਹ ਪਗੜੀ ਹਾਂ ਪਗੜੀ ਕਾਨਾ ਜੀ ਦੀ ਹੈ ਕਾਨਾ ਜੀ ਦੀ ਪਗੜੀ ਕਾਨਾ ਜੀ ਦੀ ਪਗੜੀ ਅੱਛਾ ਇਹਦੇ ਵਿੱਚ ਜਿਹੜਾ ਕੰਮ ਕੀਤਾ ਹੋਇਆ ਹੈ ਇਹ ਕਿੰਨੇ ਤਿਆਰ ਕੀਤੀ ਮੈਂ ਆਪ ਹੀ ਕਰਦੀ ਸਾਰਾ ਆਪ ਹੀ ਕੀਤਾ ਹੈ ਸਾਰਾ ਕੀ ਬਾਤ ਅੱਛਾ ਬੇਬੇ ਸਿੱਖਿਆ ਕਿ ਪਹਿਲਾਂ ਤਾਂ ਹੀ ਆਂਦਾ ਮੈਂ ਬਚਪਨ ਤੋਂ ਕਰੋਸ਼ੀਆ ਕੰਮ ਬਹੁਤ ਕੀਤਾ ਅੱਛਾ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਮਤਲਬ ਕਿ ਇਹੀ ਕੰਮ ਕਰਦੇ ਨੂੰ ਹੁਣ ਮੈਨੂੰ 2 ਸਾਲ ਹੋ ਗਏ ਲੱਡੂ ਗੋਪਾਲ ਦੇ ਕੱਪੜੇ ਬਣਾਉਂਦੇ ਆ ਅੱਛਾ ਕਿਉਂ ਮੇਰੀ ਨੌ ਲੈ ਕੇ ਸੀ ਲੱਡੂ ਗੋਪਾਲ ਮੈਂ ਉਹ ਤੋਂ ਵੇਖ ਕੇ ਸਿੱਖ ਗਈ ਸਾਰਾ ਮੈਨੂੰ ਆਉਂਦਾ ਕੀ ਬਾਤ ਹੈ ਅੱਜ ਬੇਬੇ ਆਪਾਂ ਗੱਲ ਕਰ ਰਹੇ ਹੁਣ ਤਾਂ ਜਿਵੇਂ ਕਿ ਗਰਮੀਆਂ ਜੜੀਆਂ ਨੇ ਵਧੀਆ ਵਧੀਆ ਡਿਜ਼ਾਈਨ ਬਣਾ ਲੈਣੇ ਹਨ ਹੈ ਬਹੁਤ ਵਧੀਆ ਵਧੀਆ ਡਿਜ਼ਾਈਨ ਆਪਣੇ ਆਪ ਬਣਾ ਲੈਣੇ ਮੈਂ ਵੇਖਦੀ ਨਹੀਂ ਕਿਤੋਂ ਅੱਛਾ ਦੱਸਣਾ ਪੈਂਦਾ ਵੀ ਡਿਜ਼ਾਈਨ ਇਦਾਂ ਕਰਕੇ ਬਣਾ ਦੋ ਜਾਂ ਉਦਾਂ ਨਹੀਂ ਨਹੀਂ ਮੈਂ ਆਪੇ ਬਣਾਉਣੀ ਕਿਸੇ ਨੂੰ ਨਹੀਂ ਦੱਸਦੀ ਕੀ ਬਾਤ ਹੈ ਅਜੇ ਬੇਬੇ ਹੁਣ ਤਾਂ ਜਿਵੇਂ ਠੰਡੀਆਂ ਜਾਣ ਵਾਲੀਆਂ ਨੇ ਹੁਣ ਗਰਮੀਆਂ ਆ ਰਹੀਆਂ ਗਰਮੀਆਂ ਦੇ ਵਿੱਚ ਕੀ ਕਰੋਗੇ ਹੁਣ ਦੇਖਦੀ ਆ ਹਿਸਾਬ ਕਿਤਾਬ ਲਾਉਂਗੀ ਨਾ ਥੋੜੀਆਂ ਘੜੀਆਂ ਡਰੈਸਾਂ ਆਪ ਸੀ ਲੂੰਗੀ ਜਿਵੇਂ ਥੋੜੀਆਂ ਘੜੀਆਂ ਮੁੱਲ ਬਾਜ਼ਾਰੋਂ ਲੈ ਕੇ ਗਰਮੀਆਂ ਦੀਆਂ ਡਰੈਸਾਂ ਰੱਖੂਗੀ ਥੋੜੀਆਂ ਜਿਹੀਆਂ ਅੱਛਾ ਵੇਲੇ ਬਹਿਣ ਨੂੰ ਮੇਰਾ ਦਿਲ ਹੀ ਨਹੀਂ ਕਰਦਾ ਭਾਵੇਂ ਕਿੰਨੀ ਤਕਲੀਫ ਹੋਵੇ ਮੈਂ ਵੇਲੇ ਨਹੀਂ ਬਹਿ ਸਕਦੀ ਕੀ ਬਾਤ ਹੈ ਅਜੇ ਮੇਰੇ ਹੱਥ ਨਹੀਂ ਰਹਿੰਦੇ ਵੇਲੇ ਅੱਛਾ ਵੇਲੇ ਨਹੀਂ ਰਹਿੰਦੇ ਹੱਥ ਅੱਛਾ ਕਰਦੇ ਮਤਲਬ ਸਪੋਰਟ ਕਰਦੇ ਨੇ ਨੂ ਹੋਗੇ ਬੇਟੇ ਹੋਗੇ ਸਪੋਰਟ ਉਹਨਾਂ ਨਾਮ ਉਹਨਾਂ ਨੂੰ ਦਾਂਤ ਨਾ ਉਹਨਾਂ ਕੋਲ ਲਵਾਂ ਸਿੱਧੀ ਗੱਲ ਅੱਛਾ ਆਪਣੇ ਹੀ ਆਪਣੇ ਕੋਲ ਹੀ ਰੱਖਦੇ ਹਾਂ ਮੈਂ ਆਪਣੇ ਕੋਲ ਅੱਛਾ ਉਹ ਰੋਕਦੇ ਨਹੀਂ ਵੀ ਨਾ ਜਾਇਆ ਕਰੋ ਰੋਕਦੇ ਆ ਰੁਕਣ ਨੂੰ ਬੱਚੇ ਥੋੜੀ ਕਰਨ ਦਿੰਦੇ ਆ ਪਰ ਮੈਂ ਆਪਣਾ ਖਰਚਾ ਆਪ ਕੱਢਦੀ ਪਈ ਹਾਂ ਅੱਛਾ ਕਿੰਨੀ ਉਮਰ ਕਿੰਨੀ ਹੋ ਗਈ ਮੇਰੀ 82 ਸਾਲ ਅੱਛਾ 82 ਸਾਲ ਹੋ ਗਈ ਹੈ ਅੱਛਾ ਪੁੱਤਰ ਨਾਲ ਰਹਿੰਦੇ ਹੋ ਉਹ ਮਤਲਬ ਕਹਿੰਦੇ ਵੀ ਬੇਬੇ ਇੰਨੇ ਸੋਹਣੇ ਸੋਹਣੇ ਕੱਪੜੇ ਬਣਾ ਰਹੇ ਹੋ ਖੁਸ਼ ਹੁੰਦੇ ਆ ਅੱਛਾ ਬਾਪੂ ਕਿੱਥੇ ਨੇ ਬਾਪੂ ਦੀ ਡੈਥ ਹੋ ਗਈ ਸੀ 45 ਸਾਲ 46 ਸਾਲ ਹੋ ਗਿਆ 46 ਸਾਲ ਹੋ ਗਏ ਉਹਦੇ ਤੇ ਇਕੱਲੇ ਹੋ ਮੇਰਾ 2 ਸਾਲ ਦਾ ਸੀ ਅੱਛਾ ਉਹਦੇ ਤੇ ਇਕੱਲੇ ਹੋ ਹਾਂਜੀ ਫਿਰ ਕਿੱਦਾਂ ਮਤਲਬ ਕਿ ਬੱਚੇ ਨੂੰ ਪਾਲ ਪੋਸ ਕੇ ਵੱਡਾ ਮੇਰੇ ਭੈਣ ਭਰਾਵਾਂ ਨੇ ਮੇਰੀ ਬਹੁਤ ਬਾਲ ਦਿੱਤੀ ਮੇਰੇ ਭੈਣ ਭਰਾਵਾਂ ਨੇ ਬਹੁਤ ਮੈਨੂੰ ਮਤਲਬ ਹਿਸਾਬ ਕਿਤਾਬ ਮੇਰਾ ਸਹੀ ਰੱਖਿਆ ਹਾਂ ਮੇਰੇ ਭੈਣ ਭਰਾ ਮੇਰੀ ਹੈਲਪ ਕਰਦੇ ਰਹੇ ਅੱਛਾ ਮਤਲਬ ਸਾਰੇ ਨੇ ਪੂਰੀ ਸਪੋਰਟ ਕੀਤੀ ਹੈ ਤੇ ਬੇਬੇ ਇਸ ਤੋਂ ਇਲਾਵਾ ਹੋਰ ਕੀ ਕੀ ਕਰ ਲੈਂਦੇ ਹੋ ਮੈਂ ਕਢਾਈਆਂ ਸਾਰੀਆਂ ਕਰ ਲੈਂਦੀ ਹਾਂ ਸਾਰੀਆਂ ਕਢਾਈਆਂ ਜੇ ਛਿੰਦੀ ਤੋਂ ਲੈ ਕੇ ਫੁੱਲ ਕਢਾਈ ਪੱਥਰ ਛਿੜੇ ਸਾਰੀਆਂ ਕਰ ਲੈਂਦੀ ਕਢਾਈਆਂ ਆ ਕਰੋਸ਼ੀਆ ਛੱਡੋ ਕੰਮ ਕਰੋਸ਼ੀਆ ਤਾਂ ਮੈਂ ਜਿੱਦਾਂ ਦਾ ਵੀ ਕੋਈ ਮੈਨੂੰ ਦਿਖਾਵੇ ਉੱਦਾਂ ਦਾ ਕਰ ਲੈਂਦੀ ਜੇ ਇੱਕ ਪੀਸ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਸਮੇਂ ਲੱਗ ਜਾਂਦਾ ਹੈ ਮੈਂ ਹੌਲੀ ਹੌਲੀ ਕਰਦੀ ਵਧੀਆ ਸਫਾਈ ਦਾ ਕੰਮ ਬਣਾਉਂਦੀ ਹਾਂ ਘੰਟਾ ਲੱਗ ਹੀ ਜਾਂਦਾ ਘੰਟਾ ਡੇਢ ਘੰਟਾ ਮੈਂ ਫਟਾਫਟ ਨਹੀਂ ਕਰਦੀ ਮੈਂ ਆਪਣੇ ਹਿਸਾਬ ਨਾਲ ਹੀ ਕਰਦੀ ਹੌਲੀ ਹੌਲੀ ਕਿਉਂਕਿ ਉਮਰ ਦਾ ਹਿਸਾਬ ਹੁੰਦਾ ਹੌਲੀ ਹੌਲੀ ਕਰਦੀ ਅੱਛਾ ਕਿੰਨੇ ਵਜੇ ਆਉਂਦੇ ਹੋ ਇੱਥੇ
ਮੈਂ ਤਿੰਨ ਹਫ਼ਤੇ 'ਚ ਤਿੰਨ ਵਾਰੀ ਆਉਂਦੀ, ਸ਼ੁੱਕਰਵਾਰ ਅਤੇ ਐਤਵਾਰ ਅਤੇ ਮੰਗਲਵਾਰ। ਅੱਛਾ, ਹਾਂ। ਲੋਕਾਂ ਦਾ ਪਿਆਰ ਮਿਲਦਾ ਜਦੋਂ ਇੰਨੇ ਸੋਹਣੇ ਸੋਹਣੇ ਪੀਸ ਬਣਾ ਕੇ ਦਿੰਦੇ ਹੋ? ਹਾਂ, ਬਹੁਤ ਬਹੁਤ ਪਿਆਰ ਮਿਲਦਾ, ਬਹੁਤ ਜ਼ਿਆਦਾ। ਅੱਛਾ, ਆ ਮਾਰਕੀਟ ਆਏ ਮੈਨੂੰ ਬਹੁਤ ਪਿਆਰ ਕਰਦੇ, ਬਹੁਤ ਜ਼ਿਆਦਾ। ਅੱਛਾ, ਤੇ ਮੁੰਡੇ ਤੇ ਨੂੰਹ ਜਿਹੜੇ ਨੇ ਕਿੰਨੇ ਕੁ ਪਿਆਰ ਕਰਦੇ ਨੇ? ਪੋਤਰ ਪੋਤੀ ਉਹ ਵੀ ਬਹੁਤ ਕਰਦੇ, ਬਹੁਤ ਕਰਦੇ। ਅੱਛਾ, ਪੋਤਰਾ ਪੋਤੀ ਹੈਗੇ ਆ ਸਾਰੇ? ਹਾਂ, ਬਹੁਤ ਕਿ ਮੈਂ ਪੋਤਰੀ ਵਿਆਹ ਕੇ ਉਹਦੇ ਵੀ ਗਾਂ ਬੱਚਾ ਹੋਇਆ, ਲੜਕਾ ਹੋਇਆ ਹੈ। ਅੱਛਾ, ਤੇ ਕੁੜੀਆਂ? ਕੁੜੀ ਮੇਰੀ ਇੱਕੋ ਹੀ ਆ। ਇੱਕੋ ਹੀ ਆ? ਅੱਛਾ, ਉਹ ਕਹਿੰਦੀ ਹੁੰਦੀ ਹੈ ਕਿ ਬੇਬੇ ਨਾ ਕੰਮ ਕਰਿਆ ਕਰੋ? ਨਹੀਂ, ਉਹ ਆਪ ਵਿਚਾਰੀ ਕਰਦੀ, ਸਾਰੇ ਅੱਜ ਕੱਲ੍ਹ ਦੁਨੀਆ ਹੀ ਆ ਕੰਮ ਕਰਦੀ, ਕੌਣ ਕਿਸੇ ਨੂੰ ਕਹਿੰਦਾ ਤੇ ਕੌਣ ਕਹਾਉਂਦਾ, ਹੈ ਨਾ? ਅੱਜ ਕੱਲ੍ਹ ਸਾਰੀ ਦੁਨੀਆ ਹੀ ਕਰਦੀ, ਜਾਂ ਪੋਤਾ ਜਾਂ ਧੀਆ ਜਾਂ ਨੌਵਾਂ, ਕੋਈ ਵੀ ਸਾਰੇ ਕੰਮ ਕਰਦੇ। ਮਹਿੰਗਾਈ ਇੰਨੀ ਹੋ ਗਈ ਕਿ ਕਰਦੇ ਸਾਰੇ ਮੈਂਬਰ ਕੰਮ ਕਰਨੇ ਤਾਂ ਪੂਰਾ ਪੈਂਦਾ। ਬਿਲਕੁਲ, ਹੈ ਨਾ? ਹੁਣ ਸਾਡੇ ਕਿਹੜਾ ਕਾਰਖਾਨੇ ਲੱਗੇ ਹੋਏ ਆ, ਸਾਡੇ ਬੱਚੇ ਪੂਰੇ ਸੂਰੇ ਹੈਗੇ, ਜੇ ਅਸੀਂ ਸਾਰੇ ਕੰਮ ਨਾ ਕਰਾਂਗੇ ਰੋਟੀ ਕਿੱਥੋਂ ਖਾਣੀ? ਇੰਨੀ ਤਾਂ ਮਹਿੰਗਾਈ ਆ। ਬਿਲਕੁਲ, ਫਿਰ ਹਰ ਇੱਕ ਦਾ ਜੀ ਕਰਦਾ, ਚਾਹੇ ਮੈਂ ਬੁੱਢਾ ਵਾ ਚਾਹੇ ਜਵਾਨ ਜਾਂ ਬੱਚਾ, ਹਰ ਕੋਈ ਨਾ ਚੰਗਾ ਕੱਪੜਾ ਹੋਵੇ, ਚੰਗਾ ਸੂਟ ਹੋਵੇ, ਚੰਗੀ ਜੁੱਤੀ ਹੋਵੇ। ਤੇ ਦਿਖਾਇਓ ਕਿਹੜੇ ਕਿਹੜੇ ਕਲਾਕਾਰੀ ਜਿਹੜੇ ਤੁਸੀਂ ਕਰਦੇ ਹੋ, ਕਿਹੜੇ ਕਿਹੜੇ ਪੀਸ ਜਿਹੜੇ ਬਣਾਉਂਦੇ ਹੋ, ਕਿਹੜੇ ਕਿਹੜੇ ਉਹਨਾਂ ਦਾ ਨਾਮ ਜਿਹੜਾ ਰੱਖਿਆ ਹੋਇਆ? ਨਾਮ ਨਹੀਂ ਕੋਈ ਵੀ ਹੁੰਦਾ ਇਹਨਾਂ ਦਾ। ਅੱਛਾ, ਇਹ ਲੱਡੂ ਗੋਪਾਲ ਦੇ ਡ੍ਰਿਸ਼ਾਂ ਕਹਿੰਦੇ ਇਹਨੂੰ, ਹੋਰ ਨਾਂ ਨਹੀਂ ਹੁੰਦਾ। ਇੱਕ ਨੰਬਰ ਹੁੰਦਾ, ਇਹ ਹੈਗਾ 6 ਨੰਬਰ। ਸਮਾਨ ਆਪ ਖਰੀਦ ਕੇ ਲੈ ਕੇ? ਆਪ ਖਰੀਦ ਕੇ ਲੈ ਕੇ। ਅੱਛਾ, ਕਲਰ ਕੰਬੀਨੇਸ਼ਨ ਬੜਾ ਸੋਹਣਾ ਕੀਤਾ ਹੋਇਆ, ਪਿੰਕ ਦੇ ਦਾ ਸਕਾਈ ਬਲੂ ਜਾ, ਇਹ ਕਿਧਰੋਂ ਕੀਤਾ, ਮਤਲਬ ਕਿਵੇਂ ਕੀਤਾ ਦਿਮਾਗ? ਮੈਂ ਛੋਟੀ ਹੁੰਦੀ ਇਹੀ ਕੰਮ 'ਚ ਬਹੁਤਾ ਰਿਝੇਵਾਂ ਸੀ ਮੇਰਾ। ਹਾਂ, ਛੋਟੀ ਹੁੰਦੀ ਦਾ ਮੇਰਾ ਨਾ, ਇਹ ਮੇਰੀਆਂ ਸਹੇਲੀਆਂ ਵੀ ਮੇਰੇ ਕੋਲ ਹੀ ਮਤਲਬ ਸਿੱਖ ਕੇ ਜਾਂਦੀਆਂ ਸੀ, ਇਹੀ ਰਿਝੇਵਾਂ ਮੇਰਾ ਸੀ ਬਹੁਤ ਛੋਟੀ ਹੁੰਦੀ ਦਾ। ਅੱਛਾ, ਬਸ ਇਹੀ ਕਲਾਕਾਰੀ ਮੇਰੇ ਕੋਲ ਬਹੁਤ ਵਧੀਆ ਵਾ। ਬੇਬੇ ਦੀ ਕਲਾਕਾਰੀ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ, ਸਾਨੂੰ ਜ਼ਰੂਰ ਕਮੈਂਟ ਕਰਿਓ ਜੇ ਤੁਹਾਡੇ ਅੰਦਰ ਵੀ ਕੁਝ ਇੱਦਾਂ ਦਾ ਟੈਲੈਂਟ ਹੈ। ਅੱਛਾ ਬੇਬੇ, ਕਈ ਵਾਰੀ ਹੁੰਦਾ ਆ, ਹੈ ਨਾ, ਕਿ ਦਿਮਾਗ ਦੇ ਵਿੱਚ ਕੁਛ ਨਹੀਂ ਆਉਂਦਾ, ਜੇ ਫਿਰ ਤੁਸੀਂ ਇਸ ਤੋਂ ਇਲਾਵਾ ਤੁਸੀਂ ਜਿਵੇਂ ਮੈਨੂੰ ਦੱਸਿਆ ਆਫ ਕੈਮਰਾ ਕਿ ਮੈਂ ਸ਼ਾਲ ਵਗੈਰਾ ਵੀ ਬਣਾਉਂਦੀ ਹਾਂ? ਬਹੁਤ ਬਣਾਏ, ਹੁਣ ਨਹੀਂ ਬਣਾਉਂਦੀ ਵੱਡਾ ਕੰਮ, ਹੁਣ ਮੇਰੇ ਕੋਲ ਵੱਡਾ ਨਹੀਂ ਹੁੰਦਾ, ਹੁਣ ਮੈਂ ਛੋਟਾ ਹੀ ਕਰਦੀ ਬਸ ਇੱਦਾਂ ਹੀ। ਅੱਛਾ, ਇਹ ਵੀ ਆਪ ਬਣਾਇਆ? ਇਹ ਵੀ ਮੈਂ ਬਣਾਇਆ। ਕਿਆ ਬਾਤ ਹੈ, ਡਿਜ਼ਾਈਨ ਵੀ ਆਪ ਹੀ ਤਿਆਰ ਕੀਤਾ ਸਾਰਾ। ਅੱਛਾ, ਇੱਕ ਪੀਸ ਕਿੰਨੇ ਦਾ ਹੁੰਦਾ ਇਹ? ਇਹ 250 ਤੋਂ ਘੱਟ ਨਹੀਂ ਦਊਂਗੀ, ਕਿਉਂ ਇਹਨੂੰ ਬਹੁਤ ਉੱਨ ਲੱਗੀ ਹੋਈ ਆ, ਇਹ 250 ਤੋਂ। ਹਾਂ, ਹਾਲੇ ਡੈਕੋਰੇਸ਼ਨ ਕਰਨੀ, ਸਿਤਾਰੇ ਦਾ ਕੰਮ ਕਰਨਾ ਹੈ। ਅੱਛਾ ਬੇਬੇ, ਇਹਦੇ ਵਿੱਚ ਮਤਲਬ ਕਿ ਆ ਡਿਜ਼ਾਈਨ ਕਿੰਨਾ ਸੋਹਣਾ ਬਣਾਇਆ ਹੋਇਆ, ਜੇ ਆਪਾਂ ਡਿਜ਼ਾਈਨ ਦੀ ਗੱਲ ਕੀਤੀ ਜਾਵੇ ਤਾਂ ਡਿਜ਼ਾਈਨ ਮਤਲਬ ਕਿੱਦਾਂ ਤੁਸੀਂ ਬਣਾਇਆ, ਕਿੱਦਾਂ ਤਿਆਰ ਕੀਤਾ? ਬਸ ਮੇਰੇ ਦਿਮਾਗ ਦੀ ਥਿਊਰੀ ਇੱਦਾਂ ਦੀ ਹੈ, ਮੈਂ ਬਣਾਈ ਜਾਂਦੀ ਹਾਂ। ਕਿਆ ਬਾਤ ਹੈ, ਮਤਲਬ ਇੱਕ ਵਾਰੀ ਦੇਖ ਲੈਣਾ ਦਿਮਾਗ ਦੇ ਵਿੱਚ ਆ ਜਾਂਦੀ ਹੈ। ਜੁਰਾਬਾਂ ਬਣਾ ਕੇ ਦਿਓ ਸਾਨੂੰ, ਬੱਚਿਆਂ ਦੀ ਟੋਪੀਆਂ ਬਣਾ ਕੇ ਦਿਓ, ਬਹੁਤ ਆਰਡਰ ਹੈ, ਬਹੁਤ ਜਾ ਕੇ ਮੇਰੇ ਕੋਲ ਬਣਿਆ ਨੀ। ਜਜ਼ਬਾ ਰੱਖ ਕੇ ਬੇਬੇ ਜਿਹੜੇ ਆ ਲੱਡੂ ਗੋਪਾਲ ਦੇ ਕੱਪੜੇ ਬਣਾ ਰਹੇ ਆ, ਹੋਰ ਕਹਿ ਰਹੇ ਮੈਨੂੰ ਆਰਡਰਸ ਵੀ ਬਹੁਤ ਜ਼ਿਆਦਾ ਆ ਰਹੇ ਨੇ, ਜੁਰਾਬਾਂ ਵੀ ਬਣਾਉਂਗੇ? ਹਾਂਜੀ, ਜੁਰਾਬਾਂ ਦਾ ਟੋਪੀ ਬਹੁਤ ਜ਼ਰੂਰੀ ਆ। ਅੱਛਾ, ਅੱਛਾ ਬੇਬੇ, ਤੁਸੀਂ ਪੜ੍ਹੇ ਲਿਖੇ ਵੀ ਹੋ? ਹਾਂਜੀ। ਕਿੰਨੇ ਪੜ੍ਹੇ ਹੋਏ? ਮੈਂ ਪੁਰਾਣੀਆਂ ਅੱਜ ਤੋਂ ਪਾਕਿਸਤਾਨ ਦੇ ਵੇਲੇ ਦੀ ਮੈਂ ਜੰਮੀ ਹੋਈ ਹਾਂ। ਅੱਛਾ, ਪਾਕਿਸਤਾਨ ਤੋਂ? ਨਹੀਂ ਨਹੀਂ, ਪਾਕਿਸਤਾਨ ਦੇ ਟਾਈਮ ਤੇ ਲੜਾਈਆਂ ਲੱਗੀਆਂ 47 ਵਿੱਚ, ਉਹਦਾ ਮੇਰਾ ਜਨਮ ਆ। ਅੱਛਾ, ਜਨਮੇ ਹੋਏ ਹੋ। ਹਾਂ, ਪੜ੍ਹੇ ਹੋਏ ਕਿੰਨੇ ਹੋ? 5 ਜਮਾਤਾਂ ਤੋਂ ਪੜ੍ਹੀ ਸੀ। ਅੱਛਾ, 5 ਜਮਾਤਾਂ ਤੋਂ ਪੜ੍ਹੀ ਸੀ। ਤੇ ਅੱਜ ਇੰਨੀ ਮਹਿੰਗਾਈ ਹੈ, ਹੈ ਨਾ, ਜੇ ਕੱਪੜਿਆਂ ਦੀ ਆਪਾਂ ਗੱਲ ਕਰੀਏ, ਤੁਸੀਂ ਇੰਨੇ ਸੋਹਣਾ ਕਰਦੇ ਆ, ਪਰ ਮੈਂ ਉਹਨਾਂ ਦੇ ਨਾਲ ਜੇ ਉਹਨਾਂ ਨੂੰ ਦੇ ਨਹੀਂ ਸਕਦੀ, ਉਹਨਾਂ ਕੋਲ ਲੈਂਦੀ ਵੀ ਨਹੀਂ। ਕਿਆ ਬਾਤ ਹੈ ਕਿ ਨਹੀਂ? ਬੱਚਿਆਂ ਨੇ ਮੈਂ ਆਪਣੇ ਦਿਮਾਗ, ਉਹਨਾਂ ਦੇ ਦਿਮਾਗ 'ਤੇ ਬੋਝ ਬਣਨਾ ਨਹੀਂ ਚਾਹੁੰਦੀ, ਉਹ ਤਾਂ ਹਟਾਉਂਦੇ ਬਹੁਤ, ਪਰ ਮੈਂ ਬੋਝ ਬਣਨਾ ਨਹੀਂ ਚਾਹੁੰਦੀ। ਅੱਛਾ, ਕੀ ਕਹਿਣਾ ਚਾਹੋਗੇ, ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹੀ ਮੈਸੇਜ ਸਾਰਿਆਂ ਨੂੰ ਦਊਂਗੀ ਵੀ ਆਪਣੀ ਜ਼ਿੰਦਗੀ 'ਚ ਨਾ ਨਸ਼ੇ ਕਰੋ, ਨਾ ਭੈੜੀਆਂ ਆਦਤਾਂ ਤੋਂ ਬਚੋ, ਸੋਹਣਾ ਆਪਣਾ ਸੈਂਪਲ ਖਾਣਾ ਖਾਓ ਅਤੇ ਜ਼ਿੰਦਗੀ ਮੇਰੇ ਵਾਂਗੂ 100 ਸਾਲ ਜੀਓ। ਕਿਆ ਬਾਤ ਹੈ।
जुराबांूंगी ताकि नैक्सट ईयर यानी कि अगली सर्दियों के मैं कोई दिक्कत का सामना ना करना पे। एक चीज होर बेबे की बैक के प्रॉब्लम है, बेबे सर्वाइकल की प्रॉब्लम है, लेकिन फिर भी तुम देख सकते हो किन्ने सोहने सोहने पीस बना रहे। बेबे सर्वाइकल की प्रॉब्लम है कि फिर खड़ते हो कि मैं ढोला के रात नूं राती 4-5 पीस बना के सुती सी 12 बजे तक। अच्छा 12 बजे तक सुनने हो। मेरा बाप कहिंदा सारे कमाओ तो सारे खाओ। मेरा प्यो पटवारी सीगा। अच्छा। ते उन्हां दे जेड़े पढ़िया लिखिया बहुत सी। हाँ। ते गां चलो अपना हिसाब किताब हुंदा, उह सानूं इही मत दिंदा सी झूठ नहीं बोलना, चोरी नहीं करनी, किसे नाल ठगी नहीं करनी, आपदा कमाओ ते खाओ सोहना, इज्जत नाल रहो अपना एन वधिया। सो जेकर तुसी बेबे दी हेल्प करना चाहते हो, असीं तां इही अपील करांगे तुसी इधर आके जमालपुर दे विच जिहड़ी सब्जी मंडी है उधरों आके बेबे बिल्कुल सामने पैंदे ने इन्हां दे जिहड़े लड्डू गोपाल दे कपड़े ने। ते होर जेकर तुसी ऑर्डर दे सकते हो ज़्यादा तो ज़्यादा ऑर्डर दिओ ताकि इन्हां दी वध तो वध जिहड़ी है हैल्प हो सके, इन्हां नूं एक होर जिहड़ी है सहायता मिल सके। जेकर गल कीती जावे अज दी पीढ़ी दी, 18 साल तो 20 साल दे बच्चे जिहड़े कहिंदे साडी लत्तां दुख रहियां ने, साडे सर दुख रहे, पर अज असीं बेबे जी दा ओह रूप दिखाया जो कि 80 साल के हो के लड्डू गोपाल के कपड़े बना रहे हैं। तो होर भी जोड़े इन्हों ऑर्डर आए हुए हैं वो भी स्टॉक जोड़ा तैयार करने की पूरी कोशिश कर रहे हैं। थोड़ू कि लगी इन्हों का जज्बा तो स्टोरी तो सूँ कमेंट सैशन में कमेंट करके जरूर दस्यो। तो और इदा दपडेट्स लिए साढ़े न बने रहो तो देखते रहो सिटी हैडलाइनस। मैं नेहा मलिक कैमरा परसन विपन।